ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਸੀਂ ਆਏ ਹਾਂ ਅੱਜ ਜ਼ਰੋਨਾ ਇਮਾਰਸ਼ਾ ਵੇਖਣ। ਬੱਚੇ ਇੱਥੇ ਮੌਤ ਦੇਖ ਗਈ ਰਣਵੀਰ ਨੂੰ, ਉੱਪਰ ਚੜ੍ਹ ਕੇ ਝੂਟੇ ਲੈਣ ਲੱਗ ਗਿਆ ਅਤੇ ਉਹ ਅੱਗੇ ਰਾਪ੍ਰੀਤ ਆਪਣੇ ਪਾਪਾ ਨਾਲ ਜਾ ਰਹੀ ਹੈ। ਆ ਜਾਓ ਚੱਲੀਏ, ਆ ਜਾਓ ਆ ਜਾਓ ਰਣਵੀਰ ਆ ਜਾਓ। ਆਹੋ ਝੂਟੇ ਮਾਟੇ ਨਹੀਂ ਹੈਗੇ ਇੱਥੇ, ਉਹ ਹੈਗੇ 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 ਉਹ ਅੱਗੇ ਹੈਗੇ, ਬਾਅਦ ਚ ਲੈਣੇ। ਇੱਧਰ ਆਓ ਇੱਧਰ, ਰਾਪ੍ਰੀਤ ਸਤਿ ਸ਼੍ਰੀ ਅਕਾਲ ਕਰ ਦਿਓ। ਇੱਧਰੋਂ ਦਿਖਦਾ ਪਿਆ ਤੁਸੀਂ, ਸਤਿ ਸ਼੍ਰੀ ਅਕਾਲ ਰਣਵੀਰ, ਸਤਿ ਸ਼੍ਰੀ ਅਕਾਲ ਕਰੋ ਰਣਵੀਰ, ਸਤਿ ਸ਼੍ਰੀ ਅਕਾਲ ਕਰੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਰਣਵੀਰ ਰਣਵੀਰ ਨੂੰ ਹੁਣ ਪਾਰਕ ਦੇ ਗਈ ਹੈ, ਕਹਿੰਦਾ ਝੂਟੇ ਮੱਟ ਲੈਣੇ ਨੇ ਅਤੇ ਹੁਣ ਉੱਧਰ ਚੱਲ ਗਿਆ। ਇਹ ਪਾਰਕ ਨਹੀਂ ਹੈਗੀ, ਇਹ ਜਿੰਮ ਵਾਲੇ ਇੰਸਟਰੂਮੈਂਟਸ ਨੇ ਅਤੇ ਰਣਵੀਰ ਜਿੰਮ ਲਾਉਣ ਲੱਗਾ। ਹਾਂਜੀ ਕੀ ਕਰਨ ਲੱਗੇ ਹੋ? ਇਹ ਝੂਟੇ ਮਾਟੇ ਨਹੀਂ ਹੈਗੇ, ਸਾਈਕਲਿੰਗ ਹੈ। ਹਾਂਜੀ ਸਾਈਕਲਿੰਗ ਕਰੋ ਉੱਤੇ ਬਹਿ ਕੇ, ਉਹ ਪਾਪਾ ਕਰਕੇ ਦੱਸਦੇ ਆ। ਫ੍ਰੀ ਦਾ ਜਿੰਮ ਹਾਂਜੀ ਲੱਕ ਵਾਸਤੇ ਸਹੀ, ਲੱਕ ਪਤਲਾ ਹੋ ਜਾਏਗਾ, ਕਿਹੜਾ ਗਲਾਸਾ ਗਲੂਸਾ ਨਿਕਲ ਜਾਏਗਾ। ਰੋਜ਼ ਆ ਜਾ ਕਰੋ ਇੱਥੇ। ਲਵ ਹੈਂਡਲਸ ਇਹ ਸਹੀ ਹੁੰਦੇ ਇੱਥੇ, ਬੜੀ ਚਲਦੀ ਵੀ ਸਹੀ ਹੈ। ਰਣਵੀਰ ਇੰਨੀ ਐਕਸਰਸਾਈਜ਼ ਨਾ ਕਰ, ਨਹੀਂ ਇੱਥੇ ਬੰਦਾ ਜਿੰਮ ਆ ਜਾਏ ਨਾ ਇੱਥੇ ਆ ਜਾਏ। ਹਾਂਜੀ ਆ ਜਾ ਕਰੋ ਰੋਜ਼, ਸੰਤਾ ਕਲੋਮਾ ਤੋਂ ਤੁਰ ਕੇ ਜਰੋਨ ਤੱਕ ਨਾਲ ਸੈਰ ਹੋ ਜਾਏਗੀ ਤੇ ਨਾਲ ਇੱਥੇ ਆ ਕੇ ਜਿੰਮ ਲੱਗ ਜਾਏਗੀ। ਹਾਂਜੀ ਅਸੀਂ ਆ ਗਏ ਹਾਂ ਮਾਰਸ਼ੇ ਵਾਲੀ ਸਾਈਡ ਤੇ ਇੱਥੇ ਲੱਗਾ ਫਰੂਟ। ਸਬਜ਼ੀਆਂ ਫਰੂਟ ਸਭ ਕੁਛ, ਜੇ ਕਿਸੇ ਨੇ ਕੁਛ ਖਾਣਾ ਤਾਂ ਦੱਸ ਦਿਓ, ਅਸੀਂ ਤੁਹਾਡੇ ਲਈ ਵੀ ਲੈ ਲਈਏ। ਆ ਵੇਖੋ ਸੰਤਰੇ ਲੱਗੇ ਨੇ। ਹਾਂਜੀ ਮਧੂਸ਼ਾ ਲੈਣਾ ਲੈਂਦੇ ਹਾਂ, ਇੱਕ ਵਾਰੀ ਘੁੰਮ ਲਈਏ ਪਹਿਲਾਂ ਤੇ ਫਿਰ ਬਾਅਦ ਵਿੱਚ। ਹਾਂਜੀ ਜੀ ਹਾਂਜੀ ਅੱਛਾ ਇੱਥੇ ਲੇਡੀਜ਼ ਕੋਟੀਆਂ ਅਤੇ ਬੱਚਿਆਂ ਲਈ ਡਰੈਸਿਸ, ਕੁੜੀਆਂ ਵਾਲੇ ਕੱਪੜੇ ਨੇ। ਸਰਦੀਆਂ ਦੀ ਵਰਾਇਟੀ ਜਿੱਦਾਂ ਦਾ ਮਰਜ਼ੀ ਕੱਪੜਾ ਇੱਥੇ ਤੁਸੀਂ ਜਿੱਦਾਂ ਦਾ ਲੈਣਾ ਚਾਹੋ ਮਿਲ ਜਾਂਦਾ ਹੈ। ਅਤੇ ਚਲੋ ਠੀਕ ਹੈ ਰਾਪ੍ਰੀਤ ਬਾਏ ਬਾਏ ਕਰ ਦਿਓ। ਰਾਪ੍ਰੀਤ ਨਾਰਾਜ਼ ਹੋ ਗਈ ਹੈ, ਇਹ ਕਹਿੰਦੀ ਮੈਂ ਸਟ੍ਰੋਬਰੀ ਲੈਣੀ ਹੈ ਅਤੇ ਸਟ੍ਰੋਬਰੀ ਅੱਗੇ ਹੈ। ਹਾਂਜੀ ਚਲੋ ਠੀਕ ਹੈ ਜੀ, ਮਿਲਾਂਗੇ ਹੁਣ ਅਸੀਂ ਤੁਹਾਨੂੰ ਅਗਲੇ ਵਲੌਗ ਵਿੱਚ। ਓਕੇ ਬਾਏ।